ਸਤਨਾਮ ਸਿੰਘ ਦਾਊਂ, ਸੇਵਾ ਸਿੰਘ ਬਾਕਰਪੁਰ, ਸੁਰਿੰਦਰ ਸਿੰਘ, ਯਾਦਵਿੰਦਰ ਸਿੰਘ ਅਤੇ ਜੰਗ ਸਿੰਘ, ਉਹਨਾਂ ਨੇ ਇੱਕ ਸਾਂਝੇ ਬਿਆਨ ਦੇ ਵਿੱਚ ਪੰਜਾਬ ਦਸਤਾਵੇਜ਼ ਨੂੰ ਕਿਹਾ ਕਿ 27/1/2024 ਨੂੰ ਗਣਤੰਤਰ ਦਿਵਸ ਤੋਂ ਇੱਕ ਦਿਨ ਬਾਅਦ ਅਸੀਂ SSP ਚੰਡੀਗੜ੍ਹ ਦੇ ਦਫ਼ਤਰ ਦੇ ਮੂਹਰੇ ਜਾ ਕੇ ਪ੍ਰੋਟੈਸਟ ਕਰਾਂਗੇ, ਮੁਰਦਾਬਾਦ ਮੁਰਦਾਬਾਦ ਕਰਾਂਗੇ ਅਤੇ ਮੰਗ ਕਰਾਂਗੇ ਕਿ ਇਹ ਬੱਚਿਆਂ ਨੂੰ ਇਨਸਾਫ ਦਵਾਇਆ ਜਾਏ, ਪਰਚਾ ਦਰਜ ਕੀਤਾ ਜਾਏ, ਪੱਤਰਕਾਰ ਭਾਈਚਾਰੇ ਨੂੰ ਇਨਸਾਫ ਦਿਓ, ਇਨਸਾਫ ਦਿਓ, ਇਨਸਾਫ ਦਿਓ, ਪੱਤਰਕਾਰੀ ਦੇ ਵਿਦਿਆਰਥੀਆਂ ਨੂੰ ਇਨਸਾਫ ਦਿਓ, ਇਨਸਾਫ ਦਿਓ, ਇਨਸਾਫ ਦਿਓ, ਪੱਤਰਕਾਰੀ ਦੇ ਵਿਦਿਆਰਥੀਆਂ ਤੇ ਹਮਲੇ ਕਰਨ ਵਾਲੇ ਦੇ ਪਰਚੇ ਦਰਜ ਕਰੋ, ਦਰਜ ਕਰੋ, ਦਰਜ ਕਰੋ, ਚੰਡੀਗੜ੍ਹ ਪੁਲਿਸ ਦੀ ਗੁੰਡਿਆਂ ਨਾਲ ਮਿਲੀ ਭੁਗਤ ਬੰਦ ਕਰੋ, ਬੰਦ ਕਰੋ, ਬੰਦ ਕਰੋ। ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਅੱਜ ਅਸੀਂ ਮੌਕੇ ਤੇ ਪਹੁੰਚੇ ਹੋਏ ਹਾਂ ਜਿੱਥੇ ਧਰਨਾ ਦਿੱਤਾ ਜਾ ਰਿਹਾ ਪੰਜਾਬ ਏਜੰਡਾ ਫੋਰਮ ਵੱਲੋਂ। ਇਸ਼ੂ ਤੁਹਾਨੂੰ ਪਤਾ ਹੀ ਆ, ਜਿਵੇਂ ਗੁਰੂ ਸਿੰਘ ਸਭਾ ਕੇਂਦਰੀ ਸਿੰਘ ਸਭਾ ਸੈਕਟਰ 28 ਦੇ ਵਿਦਿਆਰਥੀਆਂ 'ਤੇ ਹਮਲਾ ਹੋਇਆ 28 ਦਸੰਬਰ ਨੂੰ। ਮੇਰੇ ਨਾਲ ਸੰਦੀਪ ਨਾਦੂ ਕੇ ਖੜ੍ਹੇ ਆ, ਇਹ ABC ਪੰਜਾਬ ਦੇ ਵਿੱਚ ਕੰਮ ਕਰਦੇ ਆ, ਉਹਨਾਂ ਦੇ ਨਾਲ ਇਹਨਾਂ ਦਾ ਸਹਿਯੋਗ ਹੈ। ਇਹਨਾਂ ਦਾ ਇਹ ਇਸ਼ੂ ਇਹਨਾਂ ਨੇ ਸਾਨੂੰ ਦੱਸਿਆ, ਇਹਨਾਂ ਦੇ ਬ੍ਰਦਰ ਕੁਲਦੀਪ ਦੇ ਸਿਰ 'ਚ ਵੱਜੀ ਆ ਔਰ 1 ਮਹੀਨੇ ਤੋਂ ਇਹਨਾਂ ਦੀ ਗੱਲ ਪੁਲਿਸ ਸੁਣ ਨਹੀਂ ਰਹੀ। ਥਾਣੇ ਵੀ ਜਾਏ, ਬੇਨਤੀਆਂ ਵੀ ਕਰ ਲਈਆਂ, ਇਹਨਾਂ ਦਾ ਹੀ ਭਰਾ ਦਾ ਨਾਲ ਸਹਿ ਪਾਠਕ ਜਨ ਸਹਿਯੋਗੀ ਕੋ ਸਟੂਡੈਂਟ ਮਨਦੀਪ, ਉਹਦੇ 8 ਟਾਂਕੇ ਲੱਗੇ। ਅੱਜ ਸੰਦੀਪ ਤੋਂ ਪੁੱਛਦੇ ਹਾਂ ਕਿ ਇਹਦਾ ਜਿਹੜਾ ਇੰਟਰੈਕਸ਼ਨ ਵਿਦ ਚੰਡੀਗੜ੍ਹ ਪੁਲਿਸ ਰਿਹਾ, ਉਹ ਕਿੱਦਾਂ ਦਾ ਰਿਹਾ, ਕੀ ਪਰੇਸ਼ਾਨੀ ਹੋਈ, ਕਿਵੇਂ? ਸੰਦੀਪ ਦੱਸ, ਐਕਸਪਲੇਨ ਕਰ ਜੀ। ਸਭ ਤੋਂ ਪਹਿਲਾਂ ਤੁਸੀਂ ਸਾਰੇ ਜਾਣਦੇ ਹੀ ਹਾਂ ਕਿ 28 ਤਰੀਕ ਦੀ ਉਹ ਘਟਨਾ ਸੀ। 28 ਤਰੀਕ ਤੋਂ ਲੈ ਕੇ ਅੱਜ ਵੀ ਅਸੀਂ 27-28 ਤੱਕ ਖੜ੍ਹੇ ਹਾਂ, ਪਹੁੰਚ ਗਏ ਹਾਂ। ਮਹੀਨੇ ਦੇ ਵਿੱਚ ਅਸੀਂ ਕਾਫੀ ਵਾਰੀ ਬੇਨਤੀਆਂ ਕੀਤੀਆਂ ਕਿ ਆਹ ਇਸ਼ੂ ਹੈ ਜੀ, ਇਹਦੇ ਉੱਤੇ ਗੱਲ ਕਰ ਲਓ, ਪਰ 26 ਸੈਕਟਰ ਥਾਣੇ ਅਸੀਂ 2 ਤੋਂ 3 ਗੇੜੇ ਲਾਏ। ਇਹ ਨਹੀਂ ਕਿ ਇਕੱਲੇ ਸਟੂਡੈਂਟ ਗਏ ਸੀ ਮਿਲਣ ਵਾਸਤੇ, ਜਿਹੜੇ ਪੱਤਰਕਾਰ ਭਾਈਚਾਰਾ ਉਹਨਾਂ ਵਿੱਚ ਉਹ ਲੋਕ ਸੀ ਜਿਹੜੇ 28-28, 30-30 ਸਾਲ, 40-40 ਸਾਲ ਵੀ ਪੱਤਰਕਾਰੀ 'ਚ, ਉਹਨਾਂ ਨੇ ਵੀ ਬੇਨਤੀ ਜਾ ਕੇ ਕੀਤੀ ਕਿ ਆਹ ਗੱਲ ਹੈ ਜੀ, ਇਹਦੇ 'ਤੇ ਆਹ ਐਕਸ਼ਨ ਲਓ। ਤਾਂ ਉੱਥੋਂ SHO ਸਾਹਿਬ ਵੀ ਕਹਿੰਦੇ ਆ ਕਿ ਕੋਈ ਗੱਲ ਨਹੀਂ ਜੀ, ਅਸੀਂ ਲੱਗੇ ਹੋਏ ਹਾਂ, ਮੈਂ ਬੰਦੇ ਫੜ ਲਏ ਜਾਣਗੇ। ਪਰ ਜਿਹੜੀ ਉਹ ਸਵਿਫਟ ਕਾਰ, ਜਿਵੇਂ ਤੁਸੀਂ ਸਾਰੀ ਘਟਨਾ ਪਹਿਲਾਂ ਦੱਸੀ ਹੋਣੀ ਇਹਨਾਂ ਨੂੰ, ਕਿ ਸਵਿਫਟ ਕਾਰ ਜਿਹੜੇ ਸਵਾਰ 4 ਬੰਦੇ ਸੀ, ਉਹਨਾਂ ਦੇ ਵਿੱਚੋਂ ਨਾ ਤਾਂ ਹਾਲੇ ਤੱਕ ਕਾਰ ਇੱਥੇ ਆਈ ਹੈ ਵੀ ਕਿੱਥੇ ਹੈ, ਕਿਵੇਂ ਹੈ। ਪਹਿਲੀ ਗੱਲ ਤਾਂ ਸਾਡਾ ਇਹ ਕੰਸਰਨ ਸੀ ਕਿ ਉਸ ਗੱਡੀ ਦੇ ਵਿੱਚ ਤਿੱਖੇ ਹਥਿਆਰ ਰੱਖਣ ਦਾ ਮਤਲਬ ਕੀ ਬਣਦਾ, ਫਿਰ ਇਹ ਸਟੂਡੈਂਟ ਦੀ ਗਲਤੀ ਕੀ ਹੈ। ਅਸੀਂ ਇਹ ਵੀ ਬੇਨਤੀ ਕੀਤੀ ਕਿ CCTV ਫੁਟੇਜ ਕਢਵਾ ਲਓ, ਉਹਦੇ ਵਿੱਚ ਤੁਹਾਨੂੰ ਕਿਤੇ ਨਜ਼ਰ ਆਵੇ ਕਿ ਸਾਡੇ ਵਿਦਿਆਰਥੀਆਂ ਦਾ, ਸਾਡੇ ਸਟੂਡੈਂਟਸ ਦਾ, ਸਾਡਾ ਬੰਦਿਆਂ ਦਾ ਕਸੂਰ ਹੈ, ਤਾਂ ਇਹਨਾਂ ਨੂੰ ਵੀ ਨਾਲ ਉਸੇ ਤਰ੍ਹਾਂ ਸਜ਼ਾ ਦਿਓ। ਨਾ ਤਾਂ ਅੱਜ ਤੱਕ ਸਾਨੂੰ CCTV ਫੁਟੇਜ ਬਾਰੇ ਦੱਸਿਆ ਗਿਆ, ਅਤੇ ਨਾ ਹੀ ਸਾਨੂੰ ਇਹ ਦੱਸਿਆ ਗਿਆ ਕਿ ਅਸੀਂ FIR ਦਰਜ ਕਰਨੀ ਹੈ, ਨਹੀਂ ਕਰਨੀ, ਕਹਿੰਦੇ ਬਸ ਅਸੀਂ ਲੱਗੇ ਹੋਏ ਹਾਂ। ਇਸੇ ਤਰ੍ਹਾਂ ਇੱਕ ਅਨੂਪ ਸਿੰਘ ਨੇ, ਜਿਹੜੇ ਮੌਕੇ ਦੇ ਉੱਥੇ ਅਫਸਰ CIO ਵੀ ਬਣੇ ਇਸ ਕੇਸ 'ਚ, ਉਹਨਾਂ ਨੂੰ ਹਸਪਤਾਲ ਉਦੋਂ ਜ਼ਰੂਰ ਆਉਂਦੇ ਆ। ਪਹਿਲੇ ਦਿਨ ਉਹਨਾਂ ਦਾ ਜਿਹੜਾ ਬਾਡੀ ਲੈਂਗੁਏਜ ਸੀ, ਕੌਨਫੀਡੈਂਸ ਸੀ, ਭਰੋਸਾ ਸੀ ਸਾਨੂੰ, ਸਾਨੂੰ ਤਸੱਲੀ ਹੋ ਗਈ ਕਿ ਚੰਡੀਗੜ੍ਹ ਪੁਲਿਸ ਤੋਂ ਹੀ ਸਾਨੂੰ ਇਨਸਾਫ਼ ਮਿਲਣਾ। ਪਰ ਜਿਵੇਂ ਜਿਵੇਂ ਦਿਨ ਪੈਂਦੇ ਗਏ ਅਤੇ ਉਹਨਾਂ ਦੀ ਬੋਲਬਾਣੀ ਆ ਜਿਹੜੀ ਬਦਲਦੀ ਗਈ। ਮੈਂ ਆਪਣੇ ਸੈੱਲ ਫੋਨ ਤੋਂ, ਜਿਹੜਾ ਮੇਰਾ ਆਪਣਾ ਪਰਸਨਲ ਨੰਬਰ ਹੈ, ਮੈਂ ਘੱਟੋ ਘੱਟ ਉਹਨਾਂ ਕੋਲ ਸੇਵ ਵੀ ਕਰਾਇਆ ਸੀ ਕਿ ਮੈਂ ਜਦੋਂ ਵੀ ਅਗਲੀ ਗੱਲ ਕਰਨੀ ਮੈਂ ਤੁਹਾਡੇ ਨਾਲ ਕਰੂੰਗਾ, ਪੁੱਛੂੰਗਾ। ਮੈਂ ਉਹਨਾਂ ਨੂੰ ਘੱਟੋ ਘੱਟ ਜ਼ਿਆਦਾ ਨਹੀਂ ਤਾਂ 5-6 ਵਾਰ ਫੋਨ ਕੀਤਾ ਅਲੱਗ ਅਲੱਗ ਦਿਨਾਂ 'ਚ, ਉਹਨਾਂ ਨੇ ਇੱਕ ਵੀ ਕਾਲ ਮੇਰੀ ਅਟੈਂਡ ਨਹੀਂ ਕੀਤੀ। ਉਸ ਤੋਂ ਬਾਅਦ ਸਾਨੂੰ ਲੱਗਿਆ ਕਿ ਨਹੀਂ, ਇਹ ਤਾਂ ਇੱਦਾਂ ਗੱਲ ਬਣਨੀ ਨਹੀਂ ਹੈ। ਮਤਲਬ ਕਿ ਹੇਠਲਾ ਅਟੈਂਡ ਨਹੀਂ ਕਰਦਾ, SSP ਨੂੰ ਮੈਂ ਕੀਤੇ ਕਿੰਨੇ ਫੋਨ, SSP ਵੀ ਨਹੀਂ ਕਰਦੀ ਉਹ। ਤੁਸੀਂ ਜਦੋਂ, ਹਾਂ, ਤੁਸੀਂ ਜਦੋਂ ਕਵਰੀ ਕਰ ਰਹੇ ਸੀ ਇਸ ਇਸ਼ੂ ਦੀ, ਕਵਰ ਕੀਤਾ, ਵਧੀਆ ਕੀਤਾ, ਇਸ਼ੂ ਨੂੰ ਰੇਜ਼ ਕੀਤਾ, ਉਦੋਂ ਵੀ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਦਾ ਰਵੱਈਆ ਰਿਹਾ। ਅਤੇ ਫਿਰ ਸੰਦੀਪ, ਤੁਸੀਂ ਮਤਲਬ ਕਿ ਹਸਪਤਾਲ ਗਏ, ਉੱਥੇ ਡਾਕਟਰ ਦਾ ਕੀ ਰੋਲ ਸੀ? ਡਾਕਟਰ ਦਾ ਕਹਿੰਦਾ ਜੀ ਅਨੂਪ ਸਿੰਘ ਵੀ ਉਹਨੇ MLR ਨਹੀਂ ਦਿੱਤੀ।
ਸਾਨੂੰ ਜਿਹੜੇ ਸ਼ਬਦ ਪਹਿਲੇ ਐੱਮ ਐੱਲ ਆਰ ਕੱਟਣ ਦੇ, ਕਿਉਂਕਿ ਸਾਨੂੰ ਤਾਂ ਐਂ ਸੀ ਕਿ ਸਾਡੇ ਜਵਾਕ ਹੈ, ਸਾਡੇ ਬੱਚੇ, ਅਸੀਂ ਤਾਂ ਉਹਨਾਂ ਨੂੰ ਦੇਖਣਾ ਨਾ। ਸਾਨੂੰ ਐੱਮ ਐੱਲ ਆਰ ਦਾ ਉਦੋਂ ਸਾਨੂੰ ਇਹ ਕਹਿ ਦਿੱਤਾ ਗਿਆ ਅਨੂਪ ਵੱਲੋਂ ਕਿ ਹੁਣ ਤੁਸੀਂ ਟੈਨਸ਼ਨ ਫਰੀ ਹੋ, ਬੰਦੇ ਲਿਆਉਣਾ ਪਕੜਨਾ ਸਾਡਾ ਕੰਮ ਹੈ, ਐੱਮ ਐੱਲ ਆਰ ਕੱਟੀ ਜਾ ਚੁੱਕੀ ਹੈ। ਇਹ ਅਨੂਪ ਸਿੰਘ ਨੇ ਸਾਨੂੰ ਕਿਹਾ। ਮੈਨੂੰ ਕਹਿੰਦਾ ਕੱਟੀ ਨਹੀਂ ਗਈ, ਮੈਨੂੰ ਮਿਲੀ ਨਹੀਂ ਕਹਿੰਦਾ। ਮੈਨੂੰ ਪਹਿਲੇ ਦਿਨ ਜਦੋਂ ਹੋਸਪਿਟਲ 28 ਦੀ ਰਾਤ ਦੀ ਗੱਲ ਹੈ, ਉਦੋਂ 12-1 ਵਜੇ ਅਸੀਂ ਇੱਥੋਂ ਟਾਂਕੇ ਲਵਾ ਕੇ ਬੱਚਿਆਂ ਨੂੰ ਛੱਡਿਆ ਸੀ ਜਿੱਥੇ ਰਹਿੰਦੇ ਆ। ਉਦੋਂ ਉਹਨਾਂ ਨੇ ਕਿਹਾ ਸੀ ਐੱਮ ਐੱਲ ਆਰ ਕੱਟੀ ਗਈ, ਉਹਦੇ ਆਧਾਰ 'ਤੇ ਅਸੀਂ ਪਰਚਾ ਕਰ ਦੇਣਾ ਅਤੇ ਤੁਸੀਂ ਟੈਨਸ਼ਨ ਫਰੀ ਹੋ, ਤੁਸੀਂ ਜਾਓ। ਅਸੀਂ ਭਰੋਸਾ ਲੈ ਕੇ ਆਪੋ ਆਪਣੇ ਘਰੇ ਚਲੇ ਗਏ। ਉਦੋਂ ਬਾਅਦ ਉਹ ਦਿਨ ਜਾਂਦਾ, ਅੱਜ ਦਾ ਦਿਨ ਆਉਂਦਾ, ਨਾ ਤਾਂ ਐੱਮ ਐੱਲ ਆਰ ਦੀ ਸਾਨੂੰ ਕਿਤੇ ਪਤਾ ਲੱਗਾ ਕਿ ਕਿੱਥੇ ਹੈ, ਨਾ ਇਹ ਪਤਾ ਲੱਗਿਆ ਕਿ ਉਸ ਐੱਮ ਐੱਲ ਆਰ ਦੇ ਆਧਾਰ ਦੇ ਉੱਤੇ ਪਰਚਾ ਕੀ ਹੋਇਆ। ਤਾਂ ਇੱਥੇ ਮੈਂ ਦੱਸਣਾ ਚਾਹੁੰਦਾ ਦਰਸ਼ਕੋ ਕਿ ਮੈਨੂੰ ਅਨੂਪ ਸਿੰਘ ਨੇ ਕਿਹਾ ਕਿ ਡਾਕਟਰ ਨੇ ਐੱਮ ਐੱਲ ਆਰ ਸਾਨੂੰ ਦਿੱਤੀ ਨਹੀਂ ਹਜੇ। ਉਹਦੇ ਵਿੱਚ ਜੀ ਕਹਿੰਦੇ ਇਹਨਾਂ ਦਾ ਇੱਕ ਸੀ ਟੀ ਸਕੈਨ ਹੋਣਾ ਸੀ, ਉਹ ਨਹੀਂ ਕਰਾਇਆ, ਇੱਕ ਐਕਸਰੇ ਹੋਣਾ ਸੀ, ਉਹ ਨਹੀਂ ਕਰਾਇਆ। ਮੈਂ ਕਿਹਾ ਵੀ ਜਿਹੜਾ ਕੰਮ ਕਰਨਾ ਡਾਕਟਰ ਨੇ ਕਰਨਾ ਕਿ ਬੱਚਿਆਂ ਨੇ ਕਰਨਾ? ਕਹਿੰਦਾ ਜੀ ਇਹ ਬੱਚਿਆਂ ਨੂੰ ਕਹਿ ਤਾ ਹੋਣਾ ਵੀ ਤੁਸੀਂ ਕਰਾ ਲਓ। ਮੈਂ ਕਿਹਾ ਜਵਾਨੀ ਕਿਵੇਂ ਕਹਿ ਤਾ, ਡਾਕਟਰ ਹਸਪਤਾਲ 'ਚ ਹੈ, ਉੱਥੇ ਮਸ਼ੀਨ ਆ, ਉਹ ਕਹੂਗਾ ਜੇ ਵੀ ਮੇਰੀ ਮਸ਼ੀਨ ਖਰਾਬ ਹੈ, ਮੇਰਾ ਟੈਕਨੀਸ਼ੀਅਨ ਹੈ ਨਹੀਂ, ਫਿਰ ਤੁਸੀਂ ਬਾਹਰੋਂ ਕਰਾ ਲਓ, ਲਿਖ ਕੇ ਦੇਊਗਾ ਵੀ ਫਲਾਣਾ ਟੈਸਟ ਕਰਾਉਣਾ, ਨਹੀਂ ਲਿਖਿਆ। ਮੈਂ ਬਹਾਨੇ ਬਾਜੀ, ਉਹ ਜਿਹੜਾ ਵਿਗੜਿਆ ਹੋਇਆ ਅਨੂਪ ਸਿੰਘ ਜਾਂ ਕੁਮਾਰ ਜੋ ਵੀ ਹੈ, ਉਹ ਮੈਂ ਹਜੇ ਤੱਕ ਸਮਝ ਰਿਹਾ ਵੀ ਉਹ ਹਜੇ ਨੌਕਰੀ ਕਿਵੇਂ ਕਰੀ ਜਾਂਦਾ, ਇਹ ਚੰਡੀਗੜ੍ਹ ਪੁਲਿਸ 'ਚ ਹਾਜ਼ਰ ਕਿਵੇਂ? ਉਹਨੂੰ ਇਮੀਡੀਏਟਲੀ ਸਸਪੈਂਸ਼ਨ ਹੋਣੀ ਚਾਹੀਦੀ ਆ। ਉਹਦਾ ਸੁਪਰਵਾਈਜ਼ਰ ਹੀ ਅਫਸਰ ਹੈ ਜਿਹੜਾ SHO, ਉਹਦੀ ਜਵਾਬਦਾਰੀ ਹੋਣੀ ਚਾਹੀਦੀ ਆ। ਕਿਉਂ ਗੁੰਮਰਾਹ ਕਰ ਰਿਹਾ ਬੱਚਿਆਂ ਨੂੰ, ਸਾਨੂੰ ਕਿਉਂ ਕੰਮ ਗੁੰਮਰਾਹ ਕਰ ਰਿਹਾ? ਅਤੇ ਫਿਰ SSP ਵੇਖ ਲਓ, 3 ਦਿਨ ਦਾ ਮੈਂ ਲੱਗਿਆ ਪੁੱਛੀ ਜਾਂਦਾ, ਮੈਡਮ ਦੱਸ ਦਿਓ ਪਲੀਜ਼ ਕਰਕੇ ਗੱਲ ਕਰੀ ਜਾਂਦਾ। ਮੇਰੇ ਨਾਲ ਚੰਗੇ ਤਾਲੁਕਾਤ ਸੀ SSP ਦੇ, ਫਿਰੋਜ਼ਪੁਰ ਹੁੰਦੀ ਸੀ ਮੈਡਮ, ਉੱਥੇ ਮਿਲ ਕੇ ਆਇਆ, ਅੱਛਾ ਇਹਦਾ ਵਿਵਹਾਰ ਲੱਗਿਆ ਰਿਹਾ ਮੇਰੇ ਨਾਲ। ਮੈਂ ਪੁੱਛ ਰਿਹਾ ਆਹ ਇੰਸੀਡੈਂਟ ਹੋਇਆ, ਕਾਰਵਾਈ ਕਦੋਂ ਹੋਊਗੀ, ਕਦੋਂ ਕਰੋਗੇ? ਨਾ ਮੈਸੇਜ ਦਾ ਜਵਾਬ, ਫੋਨ ਕਾਲ ਕਰੀ ਜਾਂਦਾ, ਚੱਕਣਾ ਨਹੀਂ। ਫਿਰ ਮੈਂ ਇਹਨਾਂ 'ਤੇ ਰੀਡਰ ਨੂੰ ਫੋਨ ਕੀਤਾ, ਮੈਂ ਕਿਹਾ ਮੈਡਮ ਨੂੰ ਕਹਿ ਯਾਰ ਮੇਰਾ ਮੈਸੇਜ ਦਾ ਜਵਾਬ ਦੇ ਦੇਣ। ਕਹਿੰਦੇ ਜੀ ਉਹਨਾਂ ਜੇ ਤੁਹਾਨੂੰ ਜਾਣਦੇ ਆ, ਉਹਨਾਂ ਨੇ ਦੇਖ ਕੇ ਆਪੇ ਜਵਾਬ ਦੇ ਦੇਣਾ। ਨਹੀਂ ਦਿੱਤਾ ਜਵਾਬ, ਹਾਰ ਕੇ ਫਿਰ ਸਾਨੂੰ ਸਟੋਰੀ ਕਰਨੀ ਪਈ ਪੰਜਾਬ ਦਸਤਾਵੇਜ਼ 'ਤੇ, ਅਸੀਂ ਖਬਰ ਚਲਾਈ, ਲਾਮਬੰਦ ਹੋਣ ਦੀ ਕੋਸ਼ਿਸ਼ ਕੀਤੀ। ਸਤਨਾਮ ਦੋਂ ਨੂੰ ਕਿਹਾ ਯਾਰ ਮੁੰਡਿਆਂ ਦੀ ਮਦਦ ਕਰੀਏ। ਇਹਨਾਂ ਨੇ ਫਿਰ ਪੰਜਾਬ ਏਜੰਡਾ ਫੋਰਮ ਮੋਟੀਵੇਟ ਕੀਤੀ, ਪੰਜਾਬ ਅਗੇਂਸਟ ਕਰਪਸ਼ਨ ਮੋਟੀਵੇਟ ਹੋਈ, BKU ਵਾਲੇ ਮੋਟੀਵੇਟ ਹੋਏ, ਲਸ਼ਕਰ ਸਿੰਘ, ਸੇਵਾ ਸਿੰਘ, ਜੰਗ ਸਿੰਘ, ਇਹ ਸਾਰੇ ਜਥੇਬੰਦੀਆਂ ਸਾਡੀਆਂ ਕੌਂਸਟੀਚੁਐਂਟਸ ਹੈ, ਐਸੋਸੀਏਟਸ ਨੇ। ਦੂਜੀ ਗੱਲ ਮੈਂ ਦੁੱਖ ਨਾਲ ਕਹਿੰਦਾ, ਸਾਡੇ ਜਿਹੜੇ ਪੱਤਰਕਾਰਾਂ ਦੀਆਂ ਯੂਨੀਅਨਸ ਹੈ, ਨੌਰਥ ਇੰਡੀਆ ਜਰਨਲਿਸਟ ਯੂਨੀਅਨ, ਫਲਾਣੀ ਯੂਨੀਅਨ, ਕੋਈ ਬੰਦਾ ਨਹੀਂ ਟਪਕਿਆ ਇੱਥੇ, ਕੋਈ ਬੰਦਾ ਨਹੀਂ ਆਇਆ ਇੱਥੇ। ਇਹਨਾਂ ਦੀਆਂ ਮੰਗਾਂ ਕੀ ਹੁੰਦੀਆਂ? ਬੱਸ ਫਰੀ ਦੇ ਦਿਓ ਜੀ, ਰੇਲਵੇ ਦਾ ਸਾਨੂੰ ਟਿਕਟ 'ਚ ਮੁਨਾਫਾ ਦੇ ਦਿਓ ਜੀ, ਸਰਕਾਰੀ ਮਕਾਨ ਦੇ ਦਿਓ ਜੀ। ਇਹ ਪੱਤਰਕਾਰਾਂ ਦੇ ਕੰਮ ਨਹੀਂ, ਅਸੀਂ ਸਰਕਾਰੀ ਮੁਲਾਜ਼ਮ ਨਹੀਂ। ਜਿਹੜੇ ਇਸ਼ੂ ਆ, ਧੱਕਾ ਹੁੰਦਾ ਕਿਸੇ ਜਰਨਲਿਸਟ ਨਾਲ, ਉੱਥੇ ਆਓ ਭਰਾਵੋ, ਆਓ ਖੜੋ। ਕੁਛ ਪੱਤਰਕਾਰਾਂ ਨਾਲ ਮੇਰੀ ਗੱਲਬਾਤ ਹੋਈ, ਕਹਿੰਦੇ ਹਾਵਾਂਗੇ ਸਵੇਰੇ, ਅਸੀਂ ਕੋਈ ਨਹੀਂ ਆਇਆ। ਖੈਰ ਅਸੀਂ ਜਸਟਿਸ ਲਈ ਲੜ ਰਹੇ ਹਾਂ, ਪੱਤਰਕਾਰ ਹੋਵੇ ਭਾਵੇਂ ਗੈਰ ਪੱਤਰਕਾਰ ਹੋਵੇ, ਕੋਈ ਹੋਵੇ, ਜਿੱਥੇ ਅਨਿਆਏ ਹੁੰਦਾ ਉੱਥੇ ਪੰਜਾਬ ਦਸਤਾਵੇਜ਼, ਪੰਜਾਬ ਏਜੰਡਾ ਫੋਰਮ, ਅਤੇ ਆਹ ਸਾਡੇ ਸਾਰੀ ਸਹਿਯੋਗੀ ਜਥੇਬੰਦੀਆਂ ਖੜਨਗੀਆਂ, ਟੱਕਰ ਲਵਾਂਗੇ। ਨਥਿੰਗ ਡੂਇੰਗ, ਅਸੀਂ ਨਜਾਇਜ਼ ਨਹੀਂ ਹੋਣ ਦੇਵਾਂਗੇ, ਸੰਵਿਧਾਨ ਦੀ ਪਾਲਣਾ ਕਰਵਾਵਾਂਗੇ। ਕਿਹਨਾਂ ਤੋਂ? ਜਿਹੜੇ ਅਧਿਕਾਰੀ ਨੇ, ਭਾਵੇਂ ਉਹ ਵਰਦੀ ਧਾਰੀ ਆ ਅਤੇ ਭਾਵੇਂ ਉਹ ਸਿਵਲੀਅਨ ਆ, ਅਸੀਂ ਸੰਵਿਧਾਨ ਨੂੰ ਫੋਲੋ ਕਰਦੇ ਹਾਂ, ਬਾਕੀਆਂ ਨੂੰ ਵੀ ਕਰਵਾਵਾਂਗੇ। ਸੋ ਇਹ ਸੀ ਅੱਜ ਦੀ ਸਾਡੀ ਇੰਟਰਵਿਊ ਸੰਦੀਪ ਨਾਲ। ਇਹ ਚਸ਼ਮਦੀਦ ਗਵਾਹ, ਇਹਦਾ ਸਕਾ ਭਰਾ ਕੁਲਦੀਪ ਅਫੈਕਟਡ ਆ, ਵਿਕਟਿਮ ਆ, ਅਤੇ
ਤੁਸੀਂ ਸੁਣ ਲਿਆ ਕਿਵੇਂ ਕਿਵੇਂ ਇਹਨਾਂ ਦੇ ਪਿੱਛੇ ਪਿੱਛੇ ਫਿਰੀ ਗਿਆ ਪੁਲਿਸ ਵਾਲਿਆਂ ਦੇ। ਇਹ ਗੌਲ ਦੇ ਨਹੀਂ ਕਿਸੇ ਨੂੰ, ਇਹ ਨਹੀਂ ਗੌਲ ਦੇ ਕਿਸੇ ਨੂੰ। ਹੰਕਾਰ, ਵਰਦੀ ਪਾਈ ਆ, ਸਟਾਰ ਲੱਗੇ ਆ, ਇਹ ਗੁਰੂ ਮਹਾਰਾਜ ਦੀ ਕਿਰਪਾ ਹੋਏ ਲੈ ਜਾਂਦੇ ਹੁੰਦੇ ਆ ਮਿੰਟ 'ਚ। ਹੰਕਾਰ ਨਹੀਂ ਕਰਨਾ ਚਾਹੀਦਾ। ਇਹ ਸੰਦੇਸ਼ ਦੇ ਰਿਹਾ ਮੈਂ ਯੂਟੀ ਪੁਲਿਸ ਨੂੰ, ਨਾਲੇ ਬਾਕੀ ਪੁਲਿਸ ਵਾਲਿਆਂ ਨੂੰ, ਨਾਲੇ ਮੈਡਮ SSP ਨੂੰ। ਅਤੇ ਅੱਗੇ ਤੋਂ ਆਪਣਾ ਬਿਹੇਵੀਅਰ ਟੂਵਰਡਸ ਦੀ ਜਨਰਲ ਪਬਲਿਕ, ਟੂਵਰਡਸ ਦੀ ਜਨਰਲ ਪਬਲਿਕ ਵਨ ਐਂਡ ਆਲ, ਸਿਰਫ ਪੱਤਰਕਾਰਾਂ ਦੀ ਗੱਲ ਨਹੀਂ ਮੈਂ ਕਰਦਾ। ਸੁਧਾਰ ਲਓ ਆਪਣੇ ਆਪ ਨੂੰ, ਨਹੀਂ ਸੁਧਾਰੋਗੇ ਲੋਕ ਉੱਠਣਗੇ, ਤੁਹਾਨੂੰ ਮਜਬੂਰ ਕਰਨਗੇ ਸੁਧਰਨ ਲਈ। ਮਿਸਟਰ ਚਹਿਲ ਸੀ ਇੱਥੇ SSP, ਉਹਨੂੰ ਮੈਂ 10 ਵਾਰੀ ਮਿਲ ਚੁੱਕਿਆ, ਲੇਕਿਨ ਉਹਨੇ ਆਪਣਾ ਦਫ਼ਤਰ ਵੀ ਖੋਲ੍ਹਿਆ ਹੋਇਆ ਚੰਡੀਗੜ੍ਹ 'ਚ ਮਿਲੀ ਭੁਗਤ ਨਾਲ। ਉਹ ਆਪਣੇ ਦਫ਼ਤਰ ਖੋਲ੍ਹ ਕੇ ਇੱਥੇ ਚਲਿਆ ਗਿਆ ਪੰਜਾਬ 'ਚ, ਹੁਣ SSP ਲਗਾ ਕੇ ਇੱਥੇ। ਉਹਨੇ ਵੀ ਇੱਥੇ ਆਪਣੇ ਹਿੱਸੇਦਾਰੀ 'ਚ ਦਫ਼ਤਰ ਖੋਲ੍ਹੇ, ਇਸ ਕਰਕੇ ਇੱਥੇ ਸੁਣਵਾਈ ਨਹੀਂ ਹੁੰਦੀ। ਮਿਲੀ ਭੁਗਤ ਹੈ ਬਹੁਤ ਵੱਡੇ ਲੋਕਾਂ ਦੀ ਇੱਥੇ ਚੰਡੀਗੜ੍ਹ ਦੇ ਵਿੱਚ। ਮੈਂ ਬੇਨਤੀ ਕਰ ਰਿਹਾ ਚੰਡੀਗੜ੍ਹ ਪ੍ਰਸ਼ਾਸਨ ਨੂੰ, ਚੰਡੀਗੜ੍ਹ ਪੁਲਿਸ ਨੂੰ, ਵੀ ਇਹਨਾਂ ਟਰੈਵਲ ਏਜੰਟਾਂ 'ਤੇ ਨੱਤ ਪਾਈ ਜਾਵੇ। ਔਰ ਜੋ ਸਾਡੇ ਹੋਰ 8 ਸੈਕਟਰ ਦੇ ਵਿੱਚ ਇੱਕ ਹੋਰ ਹੈ। ਅੱਜ ਦਾ ਸਾਡਾ ਮੇਨ ਮੁੱਦਾ ਇਹ ਹੈਗਾ ਕਿ ਜਿਹੜੀ ਠੱਗੀਆਂ ਦੇ ਸ਼ਿਕਾਰ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਕਵਰ ਕਰਨ ਵਾਲੇ ਜਾਂ ਪੱਤਰਕਾਰੀ ਦੇ ਵਿਦਿਆਰਥੀ ਹੈ, ਉਹਨਾਂ ਦੇ ਜਿਹੜੇ ਹਮਲੇ ਹੋਏ ਹੈ, ਚੰਡੀਗੜ੍ਹ ਪੁਲਿਸ ਪਰਚੇ ਦਰਜ ਕਰਕੇ ਦੋਸ਼ੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰੇ। ਜੇ ਨਹੀਂ ਕਾਰਵਾਈ ਕਰਦੀ ਤਾਂ ਸਾਡਾ ਆਰੋਪ ਸੱਚਾ ਹੈ ਕਿ ਚੰਡੀਗੜ੍ਹ ਪੁਲਿਸ ਦੀ ਮਿਲੀ ਭੁਗਤ ਹੈ ਗੁੰਡੇ ਗਰੋਹ ਨਾਲ। ਚੰਡੀਗੜ੍ਹ ਪੁਲਿਸ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਚੰਡੀਗੜ੍ਹ ਪੁਲਿਸ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਕ੍ਰਿਮੀਨਲ ਪੁਲਿਸ ਨੈਕਸਸ ਖਤਮ ਕਰੋ, ਖਤਮ ਕਰੋ, ਖਤਮ ਕਰੋ। ਕ੍ਰਿਮੀਨਲ ਪੁਲਿਸ ਨੈਕਸਸ ਖਤਮ ਕਰੋ, ਖਤਮ ਕਰੋ, ਖਤਮ ਕਰੋ। ਚੰਡੀਗੜ੍ਹ ਪੁਲਿਸ ਦੀ ਗੁੰਡਿਆਂ ਨਾਲ ਮੂਲੀ ਭੁਗਤ ਬੰਦ ਕਰੋ, ਬੰਦ ਕਰੋ, ਬੰਦ ਕਰੋ। ਚੰਡੀਗੜ੍ਹ ਪੁਲਿਸ ਦਾ ਗੁੰਡਿਆਂ ਨਾਲ ਗੱਠਜੋੜ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਆਵਾਜ਼ ਬੰਦ ਕਰ, ਲੋਕਤੰਤਰ ਦੀ ਆਵਾਜ਼ ਦਬਾਉਣੀ ਬੰਦ ਕਰੋ, ਬੰਦ ਕਰੋ, ਬੰਦ ਕਰੋ। ਪੱਤਰਕਾਰੀ ਦੇ ਵਿਦਿਆਰਥੀ ਨੂੰ ਇਨਸਾਫ਼ ਦਿਓ, ਇਨਸਾਫ਼ ਦਿਓ, ਇਨਸਾਫ਼ ਦਿਓ। ਪੱਤਰਕਾਰੀ ਦੇ ਵਿਦਿਆਰਥੀ ਤੇ ਹਮਲਾ ਕਰਨ ਵਾਲੇ ਦੇ ਖਿਲਾਫ਼ ਪਰਚੇ ਦਰਜ ਕਰੋ, ਦਰਜ ਕਰੋ, ਦਰਜ ਕਰੋ। ਚੰਡੀਗੜ੍ਹ ਪੁਲਿਸ ਦਾ ਗੱਠਜੋੜ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਮੀਡੀਆ ਦਾ ਗਾਲਾ ਦਬਾਉਣਾ ਬੰਦ ਕਰੋ, ਬੰਦ ਕਰੋ, ਬੰਦ ਕਰੋ। ਆਈ ਦੇ ਵਿੱਚ ਨਾ ਪੱਤਰਕਾਰੀ ਦਾ ਕੋਰਸ ਕਰਦੇ ਆ ਵਿਦਿਆਰਥੀ, 28 ਦਸੰਬਰ 2023 ਨੂੰ ਉਹਨਾਂ ਉਹ ਮੋਟਰਸਾਈਕਲ ਦੇ ਵਿੱਚ ਕਾਰ ਮਾਰੀ ਤੇ ਉਸ ਤੋਂ ਬਾਅਦ ਉਤਰ ਕੇ ਉਹਨਾਂ ਨੂੰ ਕੁੱਟਿਆ। ਕੁੱਟਣ ਤੋਂ ਬਾਅਦ ਜਿਹੜਾ ਮਨਦੀਪ ਸਿੰਘ ਸੀਗਾ ਉਹਦੇ ਸਿਰ 'ਚ ਮੂੰਹ ਤੇ ਇੱਥੋਂ ਲੈ ਕੇ ਇੱਥੇ ਤੱਕ ਟਾਂਕੇ ਲੱਗੇ ਨੇ, 8 ਟਾਂਕੇ ਲੱਗੇ ਨੇ। ਤੇ ਕੁਲਦੀਪ ਸਿੰਘ ਆ ਉਹਦੇ ਸਿਰ 'ਚ ਸੱਟਾਂ ਵੱਜੀਆਂ ਨੇ, ਸਿਰ ਦੇ ਵਿੱਚ ਜ਼ਖਮ ਹੋਏ ਹੋਏ ਨੇ। ਉਦੋਂ ਬਾਅਦ 32 ਸੈਕਟਰ ਲਿਜਾ ਕੇ ਚੰਡੀਗੜ੍ਹ ਪੁਲਿਸ ਦਾ ਮੁਲਾਜ਼ਮ ਸੀ ਅਨੂਪ ਸਿੰਘ, ਉਹਨੇ ਲਿਜਾ ਕੇ ਮੈਡੀਕਲ ਵੀ ਕਰਵਾਇਆ, ਮੈਡੀਕਲ ਵੀ ਹੋ ਗਿਆ। ਅਜੇ ਤੱਕ ਪੁਲਿਸ ਨੇ ਕੋਈ ਵੀ FIR ਦਰਜ ਨਹੀਂ ਕੀਤੀ ਹੈਗੀ। ਸਾਡਾ ਮੇਨ ਜਿਹੜਾ ਹੈਗਾ ਗਾ ਡਿਮਾਂਡ ਆ ਉਹ ਇਹੀ ਆ ਵੀ ਜਿਹੜੇ ਬੰਦਿਆਂ ਕਾਰ ਦਾ ਨੰਬਰ ਵਗੈਰਾ ਆਈਡੈਂਟੀਫਾਈ ਹੋ ਗਿਆ, ਸਾਰਾ ਕੁਛ ਆਈਡੈਂਟੀਫਾਈ ਹੋ ਗਿਆ, ਚੰਡੀਗੜ੍ਹ ਪੁਲਿਸ ਨੇ ਅਜੇ ਤੱਕ ਉਹਨਾਂ 'ਤੇ ਕੋਈ FIR ਜਾਂ ਕੋਈ ਕੇਸ ਰਜਿਸਟਰ ਨਹੀਂ ਕੀਤਾ। ਜੋ ਵੀ ਤੁਹਾਡਾ ਹੈ ਇਹਦੇ ਤੇ ਅਸੀਂ ਪ੍ਰੋਪਰ ਐਕਸ਼ਨ ਹੋ ਜਾਏਗਾ। ਇਸ ਵੱਲੋਂ ਤੁਸੀਂ ਨੋਟ ਕਰੋ ਕਿ ਰੈਂਕ ਆਫ SP ਔਰ DSP ਆਊਗਾ, ਇੱਥੇ ਉਹ ਲੈ ਕੇ ਜਾਊਗਾ। DSP ਸਾਹਿਬ ਨੂੰ ਅਸੀਂ ਬੁਲਾ ਰਹੇ ਹਾਂਗੇ, ਕੋਈ ਉਹ ਨਹੀਂ ਆ, ਤੁਹਾਡਾ ਤੁਹਾਡਾ ਜੋ ਲੀਗਲ ਐਕਸ਼ਨ ਮੰਨਦਾ ਉਹ ਅਸੀਂ ਕਰਦੇ ਹਾਂ। ਮਹੀਨਾ ਹੋ ਗਿਆ, 28 ਤਰੀਕ ਦੇ ਮੁੰਡੇ ਕੁੱਟੇ ਆ, ਟਾਂਕੇ 8 ਲੱਗੇ ਆ ਉਹਦੇ ਮੂੰਹ ਤੇ, ਤੁਹਾਨੂੰ ਸ਼ਰਮ ਨੀ ਆਉਂਦੀ ਪੁਲਿਸ ਵਾਲਿਆਂ ਨੂੰ?
ਕਰਦੇ ਕੁਛ ਨਹੀਂ ਤੁਸੀਂ। ਉਹ ਕਹਿੰਦਾ ਤੁਹਾਡਾ ਅਨੂਪ ਸਿੰਘ, ਇਹ ਕਹਿੰਦਾ 10-12 ਬੰਦੇ ਡਾਂਗਾ ਲੈ ਕੇ ਆ ਗਏ ਕੇਂਦਰੀ ਸਿੰਘ ਸਭਾ ਚੋਂ, ਡਾਂਗਾ ਸੀ ਇਹਨਾਂ ਕੋਲ ਅਤੇ ਉਹ ਜੀ ਫਿਰ ਚਲੇ ਗਏ ਜੀ। ਬਸ ਸੱਟਾਂ ਇਹਨਾਂ ਦੇ ਵੱਜ ਗਈਆਂ, ਡਾਂਗਾ ਇਹਨਾਂ ਕੋਲ ਸੀ, ਉਹ ਉਹਨਾਂ ਦੇ ਵੱਜੀ ਕੋਈ ਨਹੀਂ। ਫਿਰ ਤੁਹਾਡੀ ਮਤਲਬ ਕਿ ਇਹ ਤੁਹਾਡਾ ਨਹੀਂ ਗੱਲ ਸੁਣੋ ਇੰਸਪੈਕਟਰ ਸਾਹਿਬ, ਜਸਟ ਵੇਟ ਯੂ ਕਾਲ ਅ ਗੈਸਟਡ ਆਫਿਸਰ ਹੈਰ, ਹੀ ਵਿਲ ਐਕਸੈਪਟ ਦੀ ਮੈਮੋਰੈਂਡਮ, ਹੀ ਵਿਲ ਲਿਸਨ ਟੂ ਆਰ ਡਿਮਾਂਡਸ, ਦੈਨ ਵੀ ਗੋ, ਅਦਰਵਾਈਜ਼ ਧਰਨਾ ਦੇਵਾਂਗੇ, ਅਸੀਂ ਨਾਰੇ ਦੇਵਾਂਗੇ। ਕੋਈ ਗੱਲ ਨਹੀਂ, ਹਾਂਜੀ ਠੀਕ ਹੈ। ਚੰਡੀਗੜ੍ਹ ਪੁਲਿਸ ਮੁਰਦਾਬਾਦ, ਐਸ ਐਸ ਪੀ ਚੰਡੀਗੜ੍ਹ ਮੁਰਦਾਬਾਦ, ਪੱਤਰਕਾਰੀ ਦੇ ਵਿਦਿਆਰਥੀ ਨੂੰ ਇਨਸਾਫ ਦਿਓ, ਇਨਸਾਫ ਦਿਓ, ਇਨਸਾਫ ਦਿਓ, ਗੁੰਡਿਆਂ ਨਾਲ ਪੁਲਿਸ ਦੀ ਮਿਲੀ ਭੁਗਤ ਬੰਦ ਕਰੋ, ਬੰਦ ਕਰੋ, ਬੰਦ ਕਰੋ, ਐਸ ਐਸ ਪੀ ਚੰਡੀਗੜ੍ਹ ਮੁਰਦਾਬਾਦ, 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 ਚੰਡੀਗੜ੍ਹ ਪੁਲਿਸ ਮੁਰਦਾਬਾਦ, 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 ਮੀਡੀਆ ਦਾ ਗਲਾ ਘੋਟਣਾ ਬੰਦ ਕਰੋ, ਬੰਦ ਕਰੋ, ਬੰਦ ਕਰੋ, ਮੀਡੀਆ ਦੇ ਹਮਲਿਆਂ ਦਾ ਇਨਸਾਫ ਦਿਓ, ਇਨਸਾਫ ਦਿਓ, ਇਨਸਾਫ ਦਿਓ, ਲੋਕਤੰਤਰ ਦਾ ਗਲਾ ਘੋਟਣਾ ਬੰਦ ਕਰੋ, ਬੰਦ ਕਰੋ, ਬੰਦ ਕਰੋ। ਇੰਸੀਡੈਂਟ 28/12/2023, ਡਿਮਾਂਡ ਨੰਬਰ 2, ਅਰੈਸਟ ਐਕਿਊਜ਼ ਐਂਡ ਇੰਪਾਊਂਡ ਕਾਰ, ਨੰਬਰ ਆਪਕੋ ਦੀਏ ਹੋਏ ਗਾ। ਪੁਆਇੰਟ ਨੰਬਰ 3, ਪ੍ਰਜੈਂਟ ਚਲਾਨ ਇਨ ਕੋਰਟ ਵਿਦ ਇਨ ਸਟਿਪੂਲੇਟਡ ਟਾਈਮ, ਜਿਤਨੇ ਦਿਨ ਮਿਲਤੇ ਹੈ 30-60 ਜੋ 90 ਹੈ ਉਸਕੇ ਅੰਦਰ ਚਲਾਨ। ਚੌਥਾ, ਸਸਪੈਂਡ ਪੁਲਿਸ ਆਫਿਸਰ ਹੂ ਟ੍ਰਾਈ ਟੂ ਹਸ਼ ਅਪ ਦ ਕੇਸ, ਇਮੀਡੀਏਟ ਸਸਪੈਂਸ਼ਨ। ਪੁਆਇੰਟ ਨੰਬਰ 5, ਰਾਈਟ ਟੂ ਦੀ ਹੈਲਥ ਡਿਪਾਰਟਮੈਂਟ ਕਿ ਉਹਨਾਂ ਨੇ MLR ਕਿਉਂ ਨਹੀਂ ਦੀ, ਅਨੂਪ ਨੇ ਹਮੇ ਬਤਾਇਆ ਕਿ MLR ਨਹੀਂ ਦੀ, ਹਮੇ ਚੈੱਕ ਕਰੀਏ, ਜੇ ਨਹੀਂ ਦੀ ਤਾਂ ਉਹ ਡਾਕਟਰ ਕੇ ਖਿਲਾਫ ਲਿਖੀਏ ਆਪ। 6, ਸੀਕ ਟਾਈਮ ਬਾਉਂਡ ਐਕਸਪਲੇਨੇਸ਼ਨ ਫਰੋਮ ਦੀ ਐਸ ਐਸ ਪੀ, ਵਾਈ ਨਾਟ ਰਿਸਪੋਂਡਿੰਗ ਟੂ ਕੁਆਰੀਜ਼ ਫਰੋਮ ਮੀਟਿੰਗ, ਮੈਡਮ ਸੇ ਪੁੱਛ ਰਹੇ ਹੈ ਬਾਰ ਬਾਰ, ਮੈਡਮ ਜਵਾਬ ਕਿਉਂ ਨਹੀਂ ਦੇ ਰਹੀ, ਉਨਸੇ ਐਕਸਪਲੇਨੇਸ਼ਨ ਕਾਲ ਕਰੀ, ਹਮੇ ਬਤਾਈਏ ਕਿਆ ਕਹਿਤੀ ਹੈ ਮੈਡਮ, ਹਮਾਰੇ ਸੇ ਬਾਤ ਨਹੀਂ ਕਰਤੀ ਹੈ ਮੈਡਮ, ਹਮਾਰੇ ਸੇ ਖਫਾ ਲੱਗ ਰਹੀ ਹੈ, ਹਮ ਉਨਸੇ ਖਫਾ ਨਹੀਂ, ਬਿਕੋਜ਼ ਵੋ ਐਸ ਐਸ ਪੀ ਹੈ, ਹਮਾਰੀ ਵੋ ਆਫਿਸਰ ਹੈ ਸ਼ਹਿਰ, ਬਟ ਸ਼ੀ ਇਜ਼ ਅਨਸਰੇਬਲ ਟੂ ਕਾਲ, ਯੂ ਗੈਟ ਮਾਈ ਪੁਆਇੰਟ ਮੈਡਮ, ਐਨੀ ਅਦਰ ਐਕਸ਼ਨ ਦੈਟ ਇਜ਼ ਰਿਕੁਆਇਰਡ ਐਂਡ ਇਜ਼ ਨੈਸੈਸਰੀ ਯੂ ਥਿੰਕ ਦੈਨ ਇਟ ਚੇਂਜ, ਦਿਸ ਇਜ਼ ਆਰ ਮੈਮੋਰੈਂਡਮ। ਚੰਡੀਗੜ੍ਹ ਦੀ ਪੁਲਿਸ ਦੀ ਜਿਹੜੀ ਪੰਜਾਬ ਦੀ ਕਿਸਾਨ ਜਥੇਬੰਦੀਆਂ ਉਹ ਮਿਸਾਲ ਦਿੰਦੀਆਂ ਵੀ ਚੰਡੀਗੜ੍ਹ ਪੁਲਿਸ ਆ ਜਿਹੜਾ ਆਪਣਾ ਕਾਰਿਆ ਵਧੀਆ ਕਰਦੀ ਹੈ, ਪਰ ਇਹਦੇ ਨਾਲ ਜਿਹੜਾ ਚੰਡੀਗੜ੍ਹ ਪੁਲਿਸ ਦਾ ਅਕਸ ਹੈ ਉਹ ਪੰਜਾਬ 'ਚ ਧੁੰਦਲਾ ਹੋ ਰਿਹਾ। ਐਕਸ਼ਨ ਅਸ਼ਿਓਰਡ ਲਿਖੀ ਮੈਡਮ ਇਸ ਤੇ, ਐਕਸ਼ਨ ਅਸ਼ਿਓਰਡ, ਆਈ ਟੇਕਿੰਗ ਅ ਮੈਮੋਰੈਂਡਮ ਐਂਡ ਆਈ ਵਿਲ ਓਨਲੀ ਗਿਵ ਮੈਡਮ। ਮੈਡਮ ਯੂ ਹੈਵ ਟੂ ਸੇ ਐਕਸ਼ਨ ਅਸ਼ਿਓਰਡ, ਇਫ ਯੂ ਡੋਂਟ ਵਾਂਟ ਟੂ ਅਸ਼ਿਓਰ ਐਕਸ਼ਨ ਡੋਂਟ ਟੇਕ ਮੈਮੋਰੈਂਡਮ, ਐਕਸ਼ਨ ਅਸ਼ਿਓਰਡ ਨਹੀਂ ਲਿਖਾ ਆਪਨੇ, ਪਰ ਉਹਨਾਂ ਦਾ ਸੋ ਯੂ ਆਰ ਨਾਟ ਰਾਈਟਿੰਗ, ਆਈ ਟੇਕਿੰਗ ਅ ਮੈਮੋਰੈਂਡਮ। ਮੈਡਮ ਕਿਸ ਲਈ ਲਿਆ ਐਕਸ਼ਨ ਕੇ ਲਈ, ਮੈਂ ਜੀ ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਤੋਂ ਇਜਾਜ਼ਤ ਚਾਹੁੰਦਾ, ਸਤਿ ਸ਼੍ਰੀ ਅਕਾਲ, ਨਮਸਕਾਰ, ਖੁਦਾ ਹਾਫਿਜ਼।